ਅੱਜ ਸਾਡਾ ਮਤਲਬ ਜਿਹੜਾ ਪਾਰਟੀ ਅਜਨਾਲੇ ਸ਼ਹਿਰ ਦੇ ਵਿੱਚ ਹੋਰ ਮਜ਼ਬੂਤ ਹੋਈ ਹੈ ਕਿਉਂਕਿ ਸ਼ਿਵ ਦੀਪ ਚਾਲ ਜੀ ਅਤੇ ਉਹਨਾਂ ਦੇ ਮੈਡਮ ਸਾਡੇ ਭੈਣ ਜੀ ਰਾਜਦੀਪ ਰਾਜਵੀਰ ਚਾਲ ਜੀ ਜਿਹੜੇ ਕੌਂਸਲਰ ਨੇ ਉੱਥੇ ਉਹ ਪਿੱਛੇ 2 ਕੁ ਮਹੀਨੇ ਪਹਿਲਾਂ ਕੁਛ ਕਿਸੇ ਵੱਲੋਂ ਨਾਰਾਜ਼ ਹੋ ਕੇ ਜਿਹੜਾ ਬੀਜੇਪੀ 'ਚ ਚਲ ਗਏ ਸੀਗੇ ਅਤੇ ਅੱਜ ਉਹ ਫਿਰ ਵਾਪਸ ਜਿਹੜੇ ਆਏ ਆ ਉਹਨਾਂ ਨੂੰ ਮੈਂ ਜੀ ਆਇਆ ਕਿਹਾ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਾਨ ਤਾਨ ਹੈ ਮਾਨ ਸਨਮਾਨ ਹੈ ਪਾਰਟੀ 'ਚ ਪਹਿਲਾਂ ਵੀ ਬਹੁਤ ਕਰਦੇ ਸੀ ਹੁਣ ਵੀ ਕਰਾਂਗੇ ਸੋ ਇਹਨਾਂ ਦਾ ਇੱਕੋ ਹੈ ਕਿ ਆਪਾਂ ਸਾਰਿਆਂ ਨੇ ਰਲ ਕੇ ਮਤਲਬ ਸ਼ਹਿਰ ਦਾ ਜਿਹੜਾ ਵਿਕਾਸ ਕਰਨਾ ਸ਼ਹਿਰ ਦੀ ਕੋਈ ਗਲੀ ਨਾਲੀ ਕੋਈ ਸੜਕ ਜਿਹੜੀ ਆ ਉਹ ਆਪਾਂ ਕੱਚੀ ਨਹੀਂ ਰਹਿਣ ਦੇਣੀ ਵਧੀਆ ਬਣਾਉਣੀ ਆ ਇਸ ਕਰਕੇ ਇਹਨਾਂ ਦਾ ਰੋਲ ਜਿਹੜਾ ਉਹਦੇ 'ਚ ਬੜਾ ਕਿਉਂਕਿ 8 ਨੰਬਰ ਵਾਰਡ ਤੋਂ ਇਹ ਜਿੱਤੇ ਆ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਵਾਰਡ ਦਾ ਵੀ ਕਰਨਾ ਤੇ ਸਾਰੇ ਸ਼ਹਿਰ ਦਾ ਵੀ ਕਰਨਾ ਸੋ ਮੈਂ ਇਹਨਾਂ ਨੂੰ ਆਪਣੀ ਪਾਰਟੀ ਵੱਲੋਂ ਜੀ ਆਇਆਂ ਕਹਿੰਦਾ ਵੈਲਕਮ ਕਹਿੰਦਾ ਔਰ ਵਿਸ਼ਵਾਸ ਦਿਉਂਦਾ ਕਿ ਇਹਨਾਂ ਦਾ ਮਾਨ ਤਾਨ ਜਿਹੜਾ ਪਾਰਟੀ ਦੇ ਅੰਦਰ ਮਾਨ ਸਨਮਾਨ ਪੂਰਾ ਹੋਊ ਹਰਿਆਲ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਅੱਜ ਐਚਸੀਪੀਸੀ ਵੱਲੋਂ ਵੀ 26 ਲੱਖ ਜਿਹੜੇ ਪਰਫਾਰਮੈਂਸ ਸੀ ਸਾਈਨ ਕਰਵਾਏ ਸੀ ਉਹ ਲੈ ਕੇ ਅੱਜ ਰਾਜਪਾਲ ਨੂੰ ਮਿਲ ਜਾ ਰਹੇ ਹਾਂ ਨਹੀਂ ਉਹ ਅਸੀਂ ਤਾਂ ਵੇਖੋ ਉਹਦੇ ਪਹਿਲਾਂ ਹੀ ਹੱਕ 'ਚ ਹਾਂ ਅਸੀਂ ਤਾਂ ਮਤਲਬ ਜਿਹੜਾ ਸੈਂਟਰ ਗੌਰਮੈਂਟ ਨੇ ਉਹਦੇ 'ਚ ਪੰਗਾ ਪਾਇਆ ਅਸੀਂ ਤਾਂ ਇਹ ਗੱਲ ਦੇ ਹੱਕ 'ਚ ਹਾਂ ਕਿ ਜਿਹੜੇ ਜਿੰਨੇ ਵੀ ਬੰਦੀ ਸਿੰਘ ਜਿਨ੍ਹਾਂ ਦੀ ਕੈਦ ਪੂਰੀ ਹੋ ਗਈ ਉਦੋਂ ਕੈਦਾਂ ਤੋਂ ਉੱਪਰ ਜਿੰਨੀ ਉਹਨਾਂ ਨੂੰ ਸਜ਼ਾ ਮਿਲੀ ਉਹ ਤੋਂ ਉੱਪਰ ਵਿਚਾਰੇ ਕੱਟ ਰਹੇ ਆ ਇਹ ਕੋਈ ਦੇਸ਼ ਦਾ ਕਾਨੂੰਨ ਨਹੀਂ ਕਿ ਅਗਲੇ ਨੇ ਸਜ਼ਾ 20 ਸਾਲ ਹੋਈ ਕੱਟ ਲਈ ਹੈ ਤੋ ਬੰਦੇ 30-30 ਸਾਲ ਤੋਂ ਜੇਲ੍ਹਾਂ 'ਚ ਬੈਠੇ ਇਹ ਇਹ ਬਹੁਤ ਮਾੜੀ ਗੱਲ ਹੈ ਤਾਂ ਉਹਦੇ ਇਹੀ ਹੋਣੀ ਚਾਹੀਦੀ ਹੈ ਮੈਂ ਇਸ ਗੱਲ 'ਤੇ ਹੱਕ ਅਸੀਂ ਫਿਰ ਅੱਜ ਵਾਪਸ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਅਤੇ ਮੰਤਰੀ ਸਾਹਿਬ ਨਾਲ ਤਾਂ ਸਾਡਾ ਲੱਗੇ ਕੋਈ ਗਿਲਾ ਸ਼ਿਕਵਾ ਨਹੀਂ ਸੀ ਹੈਗਾ ਪ੍ਰਧਾਨ ਜੀ ਨਾਲ ਕੁਝ ਹੈਗਾ ਸੀਗੇ ਨਾਰਾਜ਼ਗੀਆਂ ਮੰਤਰੀ ਸਾਹਿਬ ਨੇ ਬੈਠ ਕੇ ਸਾਡੀਆਂ ਜੋ ਨਾਰਾਜ਼ਗੀਆਂ ਦੂਰ ਕਰ ਦਿੱਤੀਆਂ ਅਤੇ ਦੁਬਾਰਾ ਉਹ ਸਾਡੇ ਨਾਲ ਫਿਰ ਦੁਬਾਰਾ ਜੋ ਵੀ ਅਜਨਾਲੇ ਦੇ ਵਿਕਾਸ ਵਾਸਤੇ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਰਲ ਕੇ ਕੰਮ ਕਰਾਂਗੇ ਬਸ ਜੋ ਮੁਸ਼ਕਲਾਂ ਸੀਗੀਆਂ ਉਹ ਦੂਰ ਹੋ ਗਈਆਂ ਅਤੇ ਦੁਬਾਰਾ ਫਿਰ ਅਸੀਂ ਆਮ ਪਾਰਟੀ ਦੇ ਨਾਲ ਜੁੜ ਕੇ ਅਸੀਂ ਅਜਨਾਲੇ ਦਾ ਵਿਕਾਸ ਕਰਨ ਵਿੱਚ ਉਹਨਾਂ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਸਾਥ ਦੇਵਾਂਗੇ ਦੇਖੋ ਜੀ ਅੱਜ ਸਾਡੀ ਛੋਟੀ ਭੈਣ ਰਾਜਵੀਰ ਕੌਰ ਚਾਲ ਜਿਹੜੇ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਅੱਜ ਉਹਨਾਂ ਨੇ ਨਾਲ ਬੈਠ ਕੇ ਜੋ ਮਨ ਮੁਟਾਵ ਸੀ ਉਹ ਦੂਰ ਕੀਤੇ ਆ ਸਾਡੀ ਛੋਟੀ ਭੈਣ ਆ ਰਲ ਕੇ ਅਸੀਂ ਸ਼ਹਿਰ ਦੇ ਵਿਕਾਸ ਵਾਸਤੇ ਸਾਰੇ ਤਤਪਰ ਹੋ ਕੇ ਇੱਕਮੁੱਠ ਹੋ ਕੇ ਔਰ ਸਾਰੇ ਸਾਥੀ ਜਿਹੜੇ ਆ ਉਹਨਾਂ ਨੂੰ ਸਲਾਹ ਮਸ਼ਵਰੇ ਦੇ ਨਾਲ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇਵਾਂਗੇ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਸ਼ਹਿਰ ਦੇ ਵਿੱਚ ਜੋ ਵਿਕਾਸ ਦੀ ਲੜੀ ਚੱਲ ਰਹੀ ਹੈ ਮਾਣਯੋਗ ਸਾਡੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਆਉਂਦੇ ਦਿਨਾਂ ਵਿੱਚ ਵਿਕਾਸ ਕਾਰਜ ਜਿਹੜੇ ਉਹ ਜੰਗੀ ਪੱਧਰ 'ਤੇ ਮੁਕੰਮਲ ਕਰ ਲਏ ਜਾਣਗੇ